ਵੈਨਕੂਵਰ ਵਿਜੇ ਪ੍ਰਤਾਪ ਸਿੰਘ IPS IGP ਇੰਸਪੈਕਟਰ ਜਨਰਲ ਪੁਲਿਸ ਨੇ ਸੇਵਾ ਮੁਕਤ ਇੰਸਪੈਕਟਰ ਗੁਰਮੀਤ ਸਿੰਘ ਵੇਰਕਾ MA ਪੁਲਿਸ ਐਂਡ ਸਟੇਸ਼ਨ ਵੱਲੋਂ ਲਿਖੀ ਗਈ ਕਿਤਾਬ ਭੁੱਲੀਆਂ ਵਿਸਰੀਆਂ ਯਾਦਾਂ ਦਾ ਲੋਕ ਅਰਪਣ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਵੇਰਕਾ ਨੇ ਦੱਸਿਆ ਕਿ ਇਹ ਮੇਰੀ ਪਹਿਲੀ ਕਿਤਾਬ ਹੈ ਅਤੇ ਇਸ ਵਿੱਚ ਬਹੁਤੀਆਂ ਰਚਨਾਵਾਂ ਲੋਕਾਂ ਨਾਲ ਵਾਪਰੀਆਂ ਘਟਨਾਵਾਂ ਤੇ ਆਧਾਰਿਤ ਹੈ ਜੋ ਮੇਰੀ ਨੌਕਰੀ ਦੇ ਦੌਰਾਨ ਸਾਹਮਣੇ ਆਈਆਂ। ਇਸ ਮੌਕੇ ਗੁਰਮੀਤ ਸਿੰਘ ਵੇਰਕਾ ਨੇ ਕੁੰਵਰ ਵਿਜੇ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਇਹ ਮੇਰੀ ਪਹਿਲੀ ਪੁਸਤਕ ਸੀਨੀਅਰ ਤੇ ਇਮਾਨਦਾਰ ਅਫਸਰ ਕੁੰਵਰ ਪ੍ਰਤਾਪ ਸਿੰਘ ਵੱਲੋਂ ਲੋਕ ਅਰਪਿਤ ਕੀਤੀ ਗਈ, ਜਿਨ੍ਹਾਂ ਦੀ ਬਦੌਲਤ ਅੱਜ ਉਹ ਇਸ ਮੁਕਾਮ ਤੇ ਪੁੱਜੇ ਹਨ। ਇਸ ਮੌਕੇ ਉਹਨਾਂ ਨੇ ਪ੍ਰਵੀਨ ਸਹਿਗਲ ਨੂੰ ਆਪਣੀ ਪੁਸਤਕ ਭੇਂਟ ਕੀਤੀ ਅਤੇ ਉਹਨਾਂ ਦੇ ਸਹਿਯੋਗ ਦਾ ਧੰਨਵਾਦ ਵੀ ਕੀਤਾ। ਮੈਂ ਇੰਸਪੈਕਟਰ ਗੁਰਮੀਤ ਸਿੰਘ, ਸੇਵਾ ਮੁਕਤ ਇੰਸਪੈਕਟਰ, ਆਪਣੀ ਕਿਤਾਬ ਭੁੱਲੀਆਂ ਵਿਸਰੀਆਂ ਯਾਦਾਂ ਆਪ ਜੀ ਦੇ ਪੇਸ਼ ਕਰ ਰਿਹਾ ਹਾਂ। ਇਹ ਖਾਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਜਿਨ੍ਹਾਂ ਨੂੰ ਜਿਹੜੇ ਆਪਣੇ ਸੱਭਿਆਚਾਰ ਭੁੱਲ ਗਈ ਆ ਵਿਰਸੇ ਨੂੰ, ਉਹਨਾਂ ਵਾਸਤੇ ਮੁਖਾਬਤ ਕੀਤੀ ਗਈ ਹੈ, ਖਾਸ ਕਰਕੇ ਬੱਚਿਆਂ ਵਾਸਤੇ ਆ ਔਰ ਪੁਲਿਸ ਅਫਸਰਾਂ ਵਾਸਤੇ ਵੀ ਆ। ਇਹ ਬਹੁਤ ਵੱਡੀ ਸੇਧ ਹੈਗੀ ਆ ਤਫਤੀਸ਼ ਦੀ, ਉਹਨਾਂ ਨੂੰ ਨਵੀਂ ਤੋਂ ਨਵੀਂ ਜਾਣਕਾਰੀ ਮਿਲੇਗੀ। ਔਰ ਮੈਂ ਜੋ ਆਪਣੀ ਜ਼ਿੰਦਗੀ ਦੇ ਤਜਰਬੇ, ਜੋ ਮੈਂ ਇਨਕੁਆਇਰੀਆਂ ਤਫਤੀਸ਼ਾਂ ਚੰਗੀਆਂ ਕੀਤੀਆਂ, ਉਹ ਵੀ ਮੈਂ ਆਪਣੀਆਂ ਦੇ ਵਿੱਚ ਪਾਠਕਾਂ ਨੂੰ ਰੂਬਰੂ ਕੀਤੀਆਂ। ਮੈਨੂੰ ਉਮੀਦ ਆ ਵੀ ਸਾਰੇ ਪਾਠ ਕੇ ਪਸੰਦ ਕਰਨਗੇ। ਪਹਿਲੀ ਕਿਤਾਬ ਹੈ ਔਰ ਅੱਗੋਂ ਵੀ ਤੁਸੀਂ ਲਿਖਦੇ ਰਹੋਗੇ? ਬਿਲਕੁਲ ਜੀ, ਬਿਲਕੁਲ ਲਿਖਾਂਗੇ। ਇਹ ਮੇਰੀ ਪਹਿਲੀ ਕਿਤਾਬ ਹੈ ਔਰ ਮੈਨੂੰ ਮੈਂ ਮੇਰੀਆਂ ਅਖਬਾਰਾਂ ਦੇ ਵਿੱਚ ਜਦੋਂ ਆਈਆਂ, ਖਾਸ ਕਰਕੇ ਸਹਿਗਲ ਸਾਹਿਬ ਜਿਹੜੇ ਇੱਥੋਂ ਦੇ ਹੈਗੇ ਆ ਸਾਲਗੇਟ ਅਖਬਾਰਾਂ ਦੇ ਨੁਮਾਇੰਦੇ, ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਲਿਖਣ ਵਾਸਤੇ। ਅਤੇ ਮੇਰੀ ਪਹਿਲੀ ਰਚਨਾ ਜਦੋਂ ਸੌਕਾ ਦਬਕਾ ਕੰਮ ਆਇਆ ਅਖਬਾਰ ਦੇ ਵਿੱਚ ਆਈ ਅਤੇ ਪਾਠਕਾਂ ਨੇ ਮੈਨੂੰ ਪ੍ਰੇਰਿਤ ਕੀਤਾ ਲਿਖਣ ਵਾਸਤੇ। ਇਹ ਸ੍ਰੀ ਮਾਣਯੋਗ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ IPS IGP ਸਾਹਿਬ ਨੇ ਕੀਤੀ ਹੈ, ਇਹ ਸਭ ਉਹਨਾਂ ਦੀ ਦੇਣ ਹੈ। ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਲਿਖਣ ਵਾਸਤੇ ਅਤੇ ਨਾ ਵੀ ਉਹਨਾਂ ਨੇ ਕਿਹਾ ਵੀ ਪੁਲਿਸ ਬਾਰੇ ਲਿਖੋ, ਜੋ ਚੰਗੀਆਂ ਗੱਲਾਂ ਤੁਹਾਡੇ ਤਜਰਬੇ ਦੇ ਵਿੱਚ ਆਈਆਂ ਨੇ ਲਿਖ ਕੇ ਰੂਬਰੂ ਕਰੋ ਪਾਠਕਾਂ ਦੇ।